ਪਸੰਦ ਕਰਨਾ ਅੱਗੇ ਤੋਂ। ਇਹ ਚੀਜ਼ ਦੇਖਣ ਨੂੰ ਤਾਂ ਮਤਲਬ ਕਿ ਵਧੀਆ ਲੱਗਦੀ ਹੈ, ਠੀਕ ਹੈ, ਪਰ ਇਹ ਜਿੰਨੀ ਦੇਖਣ ਨੂੰ ਵਧੀਆ ਲੱਗਦੀ ਹੈ ਉਨੀ ਚੀਜ਼ ਹੈ ਨਹੀਂ ਵਧੀਆ। ਅਤੇ ਮੈਂ ਤੁਹਾਨੂੰ ਦਿਖਾਉਂਦਾ ਉਹਦਾ ਕਿਆ ਕਿਆ ਮਤਲਬ ਕਿ ਗਲਤ ਕੰਮ ਹੋਇਆ ਹੋਇਆ, ਠੀਕ ਹੈ, ਨੁਕਸਾਨ ਬਹੁਤਾ ਜ਼ਿਆਦਾ ਹੋ ਜੂਗਾ। ਨਹੀਂ, ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਨਵੇਂ ਵਲੋਗ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅਤੇ ਤੁਹਾਨੂੰ ਆਵਾਜ਼ ਕਲੀਅਰ ਤਾਂ ਆ ਰਹੀ ਹੋਊਗੀ ਕਿਉਂਕਿ ਮੈਂ ਹੱਥ 'ਚ ਮੈਕ ਫੜਿਆ ਹੋਇਆ, ਠੀਕ ਹੈ, ਅਤੇ ਅੱਜ ਦਾ ਵਲੋਗ ਸਾਰਾ ਆਪਾਂ ਨੇ ਇਸ ਮੈਕ ਦੇ ਨਾਲ ਬਣਾਉਣਾ। ਅਤੇ ਇੱਕ ਗੱਲ ਹੈ ਵੀ ਜਿੱਦਾਂ ਮਤਲਬ ਕਿ ਚੇਤਕ ਦੇ ਆਪਣੇ ਐਗਜ਼ੌਸਟ ਪਵਾਇਆ, ਠੀਕ ਹੈ, ਸਲੰਸਰ ਪਵਾਇਆ ਜੀ, ਅਤੇ ਉਹ ਤੋਂ ਬਾਅਦ ਮਤਲਬ ਕਿ ਚੇਤਕ ਇੱਕ ਦੋ ਵਾਰ ਨਿਕਲਿਆ, ਉਹ ਵੀ ਵੀਡੀਓ ਕਰਕੇ, ਠੀਕ ਹੈ, ਨਹੀਂ ਵਲੋਗ ਨਿਕਲਿਆ ਹੀ ਨਹੀਂ, ਵਲੋਗ ਕਰਕੇ ਉਹ ਨਿਕਲਿਆ ਸਿਰਫ। ਅਤੇ ਮਤਲਬ ਪਹਿਲਾਂ ਜਿਵੇਂ ਗੇੜਾ ਮਾਰ ਲੈਂਦੇ ਤੇ ਹੈ ਨਾ ਪਿੰਡ 'ਚ ਘੁੰਮ ਲਈਦਾ ਜਾਂ ਕਿਤੇ ਹੋਰ ਲਈ ਜਾਂਦਾ, ਬਾਈ ਉਹ ਚੀਜ਼ ਵਾਸਤੇ ਰਿਹਾ ਹੀ ਨਹੀਂ ਉਹ, ਠੀਕ ਹੈ, ਮਤਲਬ ਬਣਾਉਣ ਦੇ ਵਿੱਚ ਇੰਨੀ ਕੁ ਜ਼ਿਆਦਾ ਪ੍ਰੋਬਲਮ ਹੋ ਗਈ ਨਾ ਉਹ, ਠੀਕ ਹੈ, ਵੀ ਜੇ ਮੈਂ ਚਲਾਊਂਗਾ ਨਾ ਉਹ ਜਾਂ ਤਾਂ ਉਹਦਾ ਚੈਂਬਰ ਟੁੱਟ ਜਾਣਾ ਜਾਂ ਉਹਦਾ ਜਿਹੜਾ ਸਲੰਸਰ ਦੇ ਵਿੱਚੋਂ ਜਿੱਥੋਂ ਧੂੰ ਆਉਂਦਾ ਹੁੰਦਾ, ਠੀਕ ਹੈ, ਉਹ ਜਮੀ ਜੜ ਤੋਂ ਜਾਊਗਾ, ਠੀਕ ਹੈ। ਬਾਕੀ ਹੁਣ ਸਲਾਹ ਸਾਡੀ ਐਵੇਂ ਤੀ ਵੀ ਉਹ ਤਾਰ 'ਤੇ ਜਾਵੇ, ਠੀਕ ਹੈ, ਵੀ ਸੈੱਟ ਜਾਂ ਨਹੀਂ ਬੈਠਿਆ ਹੈਗਾ ਯਾਰ, ਠੀਕ ਹੈ, ਨਹੀਂ ਚੇਤਕ ਦਾ ਇੰਨਾ ਵਧੀਆ ਦਾ ਨੁਕਸਾਨ ਵੱਜ ਜਾਣਾ ਜਿੰਨੇ ਮਤਲਬ ਕਿ ਘੱਟੋ ਘੱਟ ਡੇਢ ਮਹੀਨਾ ਹੋਇਆ, ਠੀਕ ਹੈ, ਚੇਤਕ ਅੰਦਰ ਦਾ ਅੰਦਰ ਹੀ ਖੜਿਆ ਏ ਅਤੇ ਉਹਨੂੰ ਹੱਥ ਤੱਕ ਨਹੀਂ ਲਾਇਆ ਹੈਗਾ, ਸਲੰਸਰ ਲਾ ਤਾਂ ਲਿਆ, ਸਿਰਫ ਉਹ ਫੋਟੋਆਂ ਜੋਗਾ ਰਹਿ ਗਿਆ, ਠੀਕ ਹੈ, ਨਾ ਤਾਂ ਉਹਨੂੰ ਕੋਈ ਚਲਾ ਸਕਦਾ ਏ, ਨਾ ਕੋਈ ਉਹਦੇ ਪਿੱਛੇ ਬੈਠ ਸਕਦਾ, ਜੇ ਪਿੱਛੇ ਬੈਠ ਜਾਈਏ ਤਾਂ ਬ੍ਰੇਕਾਂ ਲੱਗਣ ਲੱਗ ਜਾਂਦੀਆਂ ਏ ਕਿਉਂਕਿ ਗਲਤ ਤਰੀਕੇ ਨਾਲ ਉਹ ਬਣਿਆ ਹੋਇਆ ਆ, ਠੀਕ ਹੈ, ਸਿਸਟਮ ਜਾਂ ਸੈੱਟ ਨਹੀਂ ਬੈਠਾ ਹੈਗਾ। ਅਤੇ ਮੈਂ ਤੁਹਾਨੂੰ ਦਿਖਾਉਂਦਾ ਉਹਦਾ ਕਿਆ ਕਿਆ ਮਤਲਬ ਕਿ ਗਲਤ ਕੰਮ ਹੋਇਆ ਹੋਇਆ, ਠੀਕ ਹੈ, ਨੁਕਸਾਨ ਬਹੁਤਾ ਜ਼ਿਆਦਾ ਹੋ ਜੂਗਾ ਨਹੀਂ ਜੇ ਉਹ ਨਾ ਤਾਰਿਆ। ਅਤੇ ਆਹ ਖੜਾ ਚੇਤਕ, ਠੀਕ ਹੈ, ਉਵੇਂ ਕੱਪੜਾ ਮਾਰੀ ਮਤਲਬ ਅੱਜ ਮਾਰਾ ਤਾਂ ਕੱਪੜਾ, ਠੀਕ ਹੈ, ਨਹੀਂ ਤਾਂ ਮਿੱਟੀ ਉਹ ਮਿੱਟੀ ਪਈ ਤੀ ਇਹਦੇ 'ਤੇ। ਅਤੇ ਬਾਕੀ ਉਹਨੂੰ ਬਾਹਰ ਕੱਢਦੇ ਹਾਂ, ਤੁਹਾਨੂੰ ਦਿਖਾਉਣਾ ਵੀ ਕਿਆ ਕਿਆ ਮਤਲਬ ਕਿ ਪ੍ਰੋਬਲਮ ਦਿੱਕਤ ਆ ਰਹੀ ਹੈ ਹੁਣ ਇਹਦੇ ਵਿੱਚ। ਬਾਕੀ ਆਪਾਂ ਨੇ ਹੁਣ ਆਪਣਾ ਸੈਟਅਪ ਵੀ ਅਪਗ੍ਰੇਡ ਕਰਿਆ, ਠੀਕ ਹੈ, ਦੋ ਚਾਰ ਚੀਜ਼ਾਂ ਨਵੀਆਂ ਐਡ ਕਰੀਆਂ, ਆਹ ਸਕਰੀਨ ਵੀ ਲਾਈ ਹੈ, ਠੀਕ ਹੈ, ਇੱਥੇ, ਅਤੇ ਇਹਦਾ ਵੀ ਕਦੇ ਨੇ ਟੂਰ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਲੈ ਮੋੜੂੰਗਾ ਹੁਣ ਸਲੰਸਰ ਲੱਗੂਗਾ ਇਹਦੇ ਨਾਲ, ਕੰਧ ਨਾਲ ਇਹ ਉਹ ਦੇਖ ਸਲੰਸਰ ਮਤਲਬ ਕਿ 2 ਫੁੱਟ ਨੂੰ ਬਾਹਰ ਹੈ ਇਹਦਾ। ਅਤੇ ਇਹਦਾ ਅੱਜ ਬੈਡ ਰਿਵਿਊ ਕਰਦੇ ਹਾਂ। ਦੇਖੋ ਬਾਈ, ਇਹ ਚੀਜ਼ ਦੇਖਣ ਨੂੰ ਤਾਂ ਮਤਲਬ ਕਿ ਵਧੀਆ ਲੱਗਦੀ ਹੈ, ਠੀਕ ਹੈ, ਪਰ ਇਹ ਜਿੰਨੀ ਦੇਖਣ ਨੂੰ ਵਧੀਆ ਲੱਗਦੀ ਹੈ ਉਨੀ ਚੀਜ਼ ਹੈ ਨਹੀਂ ਵਧੀਆ, ਅਤੇ ਇਹਦੇ ਕਰਕੇ ਚੇਤਕ ਚੱਲਦਾ ਨਹੀਂ ਹੈਗਾ, ਠੀਕ ਹੈ। ਹੁਣ ਮਤਲਬ ਕਿ ਜਿਹੜਾ ਸਲੰਸਰ ਦਾ ਆਪਾਂ ਨੇ ਅਟੈਚਮੈਂਟ ਕਰਵਾਈ ਸੀ, ਠੀਕ ਹੈ, ਆਹ ਸਿੱਧੀ ਕਰਵਾਤੀ ਡਿੱਗੀ ਦੇ ਨਾਲ, ਠੀਕ ਹੈ, ਹੁਣ ਜਿਹੜੀ ਡਿੱਗੀ ਹੈ ਉਹ 84 ਤੋਂ ਮਤਲਬ ਕਿ ਟੋਟਲੀ ਅਲੱਗ ਹੈ, ਠੀਕ ਹੈ, ਜੇ ਸ਼ੌਕਰ ਵੱਜਦੇ ਆ ਨਾ ਮਤਲਬ ਕਿ ਜਿਹੜਾ ਯਾਰ ਮਤਲਬ ਕਿ ਟੈਕਨੀਕਲ ਜਿਹਾ ਬੰਦਾ ਉਹ ਸਮਝ ਜੂਗਾ, ਠੀਕ ਹੈ, ਵੀ ਇਹ ਪ੍ਰੋਬਲਮ ਆਣੀਓ ਆਣੀ ਤੀ, ਇਹ ਸਾਨੂੰ ਪਹਿਲਾਂ ਪਤਾ ਨਹੀਂ ਲੱਗੀ ਹੈਗੀ। ਸੋ ਇੱਧਰ ਦੇ ਦਿਖਾਉਂਦਾ ਤੁਹਾਨੂੰ ਮੈਂ, ਆਹ ਚੀਜ਼ ਜਮੀ ਢਿੱਲੀ ਹੋਈ ਪਈ ਹੈ, ਠੀਕ ਹੈ, ਜਿੱਥੇ ਤਾਂ ਆਪਾਂ ਨੇ ਕਨੈਕਸ਼ਨ ਕਰਿਆ ਤਾ ਇਹਦਾ ਐਗਜ਼ੌਸਟ ਦਾ, ਉਹ ਚੀਜ਼ ਜਮੀ ਢਿੱਲੀ ਹੋਈ ਪਈ ਹੈ, ਇਹਦੇ ਕਰਕੇ 84 ਦੇ ਵਿੱਚ ਵੀ ਫਰਕ ਪਊਗਾ, ਮਤਲਬ ਜਦ ਬੈਠ ਜਾਂਦੇ ਹਾਂ ਪਿੱਛੇ, ਠੀਕ ਹੈ, ਸ਼ੌਕਰ ਤਾਂ ਦੱਬ ਜਾਂਦੇ ਹੈ, ਜਮੀ ਚੱਲਣਾ ਬੰਦ ਹੋ ਜਾਂਦਾ, ਮਤਲਬ ਕਿ ਲੋਡ ਮੰਗਣ ਲੱਗ ਜਾਂਦਾ, ਇੰਜਣ ਜ਼ੋਰ ਮੰਗਣ ਲੱਗ ਜਾਂਦਾ ਏ, ਅਤੇ ਐਗਜ਼ੌਸਟ ਹੋ ਜਾਣਾ ਢਿੱਲਾ ਆਪਣਾ, ਠੀਕ ਹੈ। ਅਤੇ ਬਾਕੀ ਹੁਣ ਸ਼ਾਇਦ ਕਰਦਾ ਮੈਂ ਇਹ ਨਾ ਵੀ ਤਾਰੇ ਦਊਂਗਾ, ਠੀਕ ਹੈ, ਅਤੇ ਐਗਜ਼ੌਸਟ ਦੂਆ ਹੀ ਲਾ ਲੈਣਾ, ਇਹ ਸਿਰਫ ਵੀਡੀਓ ਪਰਪਸ ਵਾਸਤੇ ਲਾਇਆ ਤਾ ਮੈਂ, ਅਤੇ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਤਾਰ ਦੇਣਾ ਇਹ। ਅਤੇ ਹੁਣ ਆਪਾਂ ਕਿਆ ਕਰਨਾ ਵੀ ਇੱਕ ਅੱਧੇ ਦਿਨ ਮਤਲਬ ਕਿ ਚਲਾ ਕੇ, ਠੀਕ ਹੈ, ਵਲੋਗ ਵਲੂਗ ਜੇ ਬਣਾ ਕੇ ਪੁੱਠੇ ਕੰਮ ਜੇ ਕਰਕੇ ਇਹਦੇ ਨਾਲ, ਅਤੇ ਇਹ ਸਲੰਸਰ ਕਰ ਦੇਣਾ ਚੇਂਜ, ਜੇ ਚੇਂਜ ਨਾ ਕਰਿਆ ਫਿਰ ਇਹਦੀ ਸੈਟਿੰਗ ਦੂਜੇ ਲੋਟ ਨੂੰ ਕਰਵਾਉਂਗੇ ਵੀ ਕੋਈ ਦਿੱਕਤ ਨਾ ਆਵੇ, ਠੀਕ ਹੈ। ਅਤੇ ਹੁਣ ਮਤਲਬ ਚਲਾਈ ਨਹੀਂ ਹੁੰਦਾ ਹੈਗਾ, ਫਾਇਦਾ ਕਿਆ ਫਿਰ ਉਹਦਾ ਚੀਜ਼ ਦਾ ਜੇ ਚਲਾਉਣਾ ਹੋਵੇ। ਜਗਾੜ ਮਤਲਬ ਕਿ ਲਾ ਤਾਂ ਦਿੱਤਾ ਮਿਸਤਰੀ ਨੇ ਲਾਇਆ, ਪਰ ਦੂਜਾ ਹੀ ਹੈ, ਪੁੱਠਾ ਹੀ ਜਗਾੜ ਲਾ ਤਾ ਯਾਰ ਜੀ ਨੇ, ਦੇਖਿਆ ਨਹੀਂ ਨਾ ਹੈਗਾ ਅਸਲ 'ਚ, ਬਾਈ ਟ੍ਰੇਂਡ ਨਹੀਂ ਤਾਂ ਹੈਗਾ ਉਹ, ਜੇ ਪਤਾ ਹੁੰਦੀ ਪਹਿਲਾਂ ਚੀਜ਼ ਜਾਂ ਪਹਿਲਾਂ ਕਦੀ ਕਰੀ ਹੁੰਦੀ ਹੈ ਨਾ ਤਾਂ ਕੋਈ ਦਿੱਕਤ ਨਹੀਂ ਤੀ ਹੈਗੀ, ਹੁਣ ਦਿੱਕਤ ਹੀ ਦਿੱਕਤ ਹੈ। ਅਤੇ ਇੰਨਾ ਸ਼ੁਕਰ ਬਾਈ ਦਿਮਾਗ ਪਤਾ ਟਾਈਮ ਪਰ ਕਿਆ ਚੱਲ ਪਿਆ, ਨਹੀਂ ਤਾਂ ਇਹ ਵਾਲਾ ਸਲੰਸਰ ਨਹੀਂ ਹੈਗਾ ਜਿਹੜਾ, ਇਹ ਵਾਲਾ ਸਲੰਸਰ ਹੁੰਦਾ ਚੇਤਕ ਦੇ ਓਰੀਜਨਲ ਸਲੰਸਰ ਹੁੰਦਾ ਸੀ, ਠੀਕ ਹੈ, ਉਹ ਸਲੰਸਰ ਦੇ ਕਰਕੇ ਇਹ ਸਲੰਸਰ ਨਾ ਜੜ 'ਤੇ ਵੱਢ ਦੇਣਾ ਤਾ, ਨਾ ਇਹ ਕਿਸੇ ਕੰਮ ਦਾ ਰਹਿਣਾ ਤਾ ਨਾ ਉਹ ਕਿਸੇ ਕੰਮ ਦਾ ਰਹਿਣਾ ਤਾ। ਚੱਲ ਹੁਣ ਘੱਟੋ ਘੱਟ ਐਂ ਵੀ ਉਹਦੇ 2-4 ਨੱਟ ਜੇ ਖੋਲ੍ਹ ਕੇ ਇਹ ਆਪਾਂ ਦੁਬਾਰ 'ਤੇ ਕਰ ਦੇਣਾ ਯਾਰ। ਇੱਕ ਤਾਂ ਤੁਹਾਨੂੰ ਸਿੱਧੀ ਗੱਲ ਸਰ ਵੀ ਇੱਕ ਤਾਂ ਆਵਾਜ਼ ਜੀ ਨਾ ਫਟਣ 'ਚ ਲੱਗ ਜਾਂਦੀ ਹੈ, ਠੀਕ ਹੈ, ਕਿਉਂਕਿ ਚੰਗੀ ਤਰ੍ਹਾਂ ਐਡਜਸਟਮੈਂਟ ਜੀ ਨਹੀਂ ਹੋਈ ਵੀ ਹੈਗੀ,
ਤੇ ਇਹਦੀ ਆਵਾਜ਼ ਐਨ ਸਾਇਲੈਂਟ ਤੀ ਹੈ ਨਾ, ਜੇ ਉਹਦੀ ਸਾਇਲੈਂਟ ਹੋਵੇ ਫਿਰ ਕੋਈ ਦਿੱਕਤ ਨਹੀਂ ਹੈਗੀ, ਪਰ ਯਾਰ ਬੁਰਾ ਲੱਗਦਾ ਥੋੜ੍ਹਾ ਜਿਹਾ ਦੇਖਣ ਵਾਲਾ ਵੀ ਆ ਕਹਿੰਦਾ ਵੀ ਛਪਰੀ ਟਾਈਪ ਜੀ ਹੈ ਨਾ। ਜੇ ਬਾਈ ਤੁਹਾਨੂੰ ਯਕੀਨ ਨਹੀਂ ਨਾ ਆਉਂਦਾ ਹੈਗਾ ਵੀ ਇਹ ਕੰਮ ਸੈੱਟ ਨਹੀਂ ਬੈਠਾ, ਤੁਹਾਨੂੰ ਐਂ ਵੀ ਹੈ ਨਾ ਵੀ ਊਈਂ ਖੋਲ ਰਿਹਾ ਹੈ ਨਾ ਵੀ ਪਹਿਲਾਂ ਲਾ ਲਿਆ ਜਾਂ ਕਿਸੇ ਹੋਰ ਦਾ ਹੋਣਾ, ਤਾਂ ਮੈਂ ਤੁਹਾਨੂੰ ਦਿਖਾਉਂਦਾ ਇਹਦੀ ਚੱਕਰ ਕਿਆ ਪਿਆ ਵਾ ਹੁਣ, ਮੈਂ ਸਟਾਰਟ ਕਰੂੰਗਾ ਠੀਕ ਹੈ, ਉਹ ਤੋਂ ਬਾਅਦ ਆਵਾਜ਼ ਚੈੱਕ ਕਰਿਓ ਕਿੰਨੀ ਲੀਕੇਜ ਕਰਦੀ ਹੈ। ਅੱਗੇ ਤਾਂ ਦਿਖਾ, ਅੱਗੇ ਤਾਂ ਦਿਖਾ, ਇੱਥੇ ਬੰਦ ਕਰ ਲੈ ਅੱਗੇ ਤਾਂ। ਜੇ ਨਾ ਜੇ ਬਾਈ ਲੀਕੇਜ ਹੁੰਦੀ ਹੁੰਦੀ ਹੈ ਨਾ ਤਾਂ ਫਿਰ ਇੰਜਣ ਬੰਦ ਨਹੀਂ ਹੁੰਦਾ ਹੁੰਦਾ, ਜੇ ਕੋਈ ਵੀ ਲੀਕੇਜ ਨਹੀਂ ਹੈਗੀ ਤਾਂ ਇੰਜਣ ਪਹਿਲੀ ਵਾਰ 'ਚ ਬੰਦ ਹੋ ਜਾਂਦਾ। ਇਹਦੀ ਸਾਲੇ ਦੀ ਕਿਤੇ ਕਿਤੇ ਤਾਂ ਲੀਕੇਜ ਹੋਈ ਵੀ ਹੈ, ਮਤਲਬ ਪ੍ਰੋਸੀਜਰ ਦਾ ਲੋਟ ਨਹੀਂ ਆਇਆ ਹੈਗਾ ਠੀਕ ਹੈ, ਤਾਂ ਕਰਕੇ ਖੋਲ ਦੇਣਾ ਉਹ ਸਿਲੰਸਰ, ਦੂਜਾ ਪਿਆ ਤਾ ਇਸ ਤੋਂ ਬਾਅਦ। ਬਾਕੀ ਤੁਸੀਂ ਅੱਜ ਦੀ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਫੇਵਰੇਟ ਚੀਜ਼ ਕਿਹੜੀ ਤੁਹਾਡੀ, ਬੁਲਟ ਹੈ ਜਾਂ ਚੇਤਕ ਠੀਕ ਹੈ। ਇਹਦੀ ਰੀਸ ਚ ਲਾਇਆ ਤਾਂ ਤੇਰੀ ਕਿੱਡਾ ਦੱਬ ਕੇ ਵੱਜਾ ਸਿਲੰਸਰ, ਇਹਦਾ ਅਸੀਂ ਫੁੱਦੂ ਕੰਮ ਹੈ ਵੀ ਇਹ ਸਾਲਾ ਨਾ ਬਾਹਰ ਨੂੰ ਜ਼ਿਆਦਾ ਵੱਜਦਾ, ਪੈਰਾਂ 'ਚ ਵੱਜਦਾ ਜੀ, ਅਤੇ ਚੀਜ਼ ਕਰਕੇ ਦਿਖਾਉਂਗਾ ਫਿਰ। ਜੇ ਬਾਈ ਇਹੀ ਸਿਲੰਸਰ ਨਾ ਇਹਦੇ ਵਿੱਚ ਪਿਆ ਵਾ ਹੁੰਦਾ, ਬੁਲਟ ਦੇ ਵਿੱਚ ਪਿਆ ਹੁੰਦਾ, ਮੈਂ ਕਹਿੰਦਾ ਆਵਾਜ਼ ਇਹਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ, ਇਹਦਾ ਨਾਮ ਹੈਗਾ ਵਾਈਲਡ ਬੋਰ ਠੀਕ ਹੈ। ਅਤੇ ਇਹ ਸਿਲੰਸਰ ਪਹਿਲਾਂ ਪਿਆ ਵਾ ਤਾਂ ਜਦ ਅਸੀਂ ਨੇ ਲਿਆਂਤਾ ਹੀ ਲਿਆਂਤਾ ਤਾਂ ਨਾ ਇਹ 'ਚ ਮੈਂ ਗੱਲ ਦੱਸੀ ਨਹੀਂ ਹੈਗੀ ਯੂਟਿਊਬ ਪਰ, ਇਹ ਮਤਲਬ ਕਿ ਇਹ ਬੈਂਡ ਪੈਣ 'ਤੇ ਪਹਿਲਾਂ ਜਾਂ ਸੀ ਆਹ ਢੋਲਕੀ ਵਾਲਾ ਸਿਲੰਸਰ ਪੈਣ 'ਤੇ ਪਹਿਲਾਂ ਇਹ ਮਤਲਬ ਕਿ ਵਾਈਲਡ ਬੋਰ ਪਿਆ ਵਾ ਤਾ, ਇਹਦੀ ਇੰਨੀ ਕੁ ਜ਼ਿਆਦਾ ਆਵਾਜ਼ ਤੀ ਨਾ ਮਤਲਬ ਕਿ ਅਸੀਂ ਇਸੇ ਕੰਬਣ ਲਾ ਦਿੰਦੇ, ਬੇਸ ਵਾਲੀ ਆਵਾਜ਼ ਤੀ ਇਹਦੀ ਠੀਕ ਹੈ। ਇਹ ਤੋਂ ਬਾਅਦ ਖੋਲ੍ਹ ਕੇ ਇਹਦੇ ਵਿੱਚ ਪਾ ਤਾ, ਇਹਦੇ ਵਿੱਚ ਸਾਲੀ ਜਮੀ ਬੇਕਾਰ ਆਵਾਜ਼ ਠੀਕ ਹੈ। ਜੇ ਆਵਾਜ਼ ਬਣਦੀ ਮਤਲਬ ਕਿ ਪਹਿਲਾਂ ਜਾਲੀ ਨਹੀਂ ਤੀ ਪਈ ਵੀ ਇਹਦੇ ਵਿੱਚ, ਜਾਲੀ ਪਾਈ ਪਹਿਲਾਂ ਤਾਂ ਜਮੀ ਇੰਨੀ ਭੈੜੀ ਆਵਾਜ਼ ਆਉਂਦੀ ਤੀ ਨਾ ਰਾਤ ਨੂੰ, ਫਿਰ ਮੈਂ ਜਾਲੀ ਪਾਈ ਠੀਕ ਹੈ। ਅਤੇ ਜੇ ਇਹਦੇ ਵਿੱਚ ਮਤਲਬ ਕਿ ਇਹਦੇ ਵਿੱਚ ਹੁੰਦਾ ਨਾ ਤਾਂ ਸਿਰਾ ਆਵਾਜ਼ ਆਉਣੀ ਤੀ, ਇਹਦੇ ਨਾਲ ਤਾਂ ਗੱਲ ਬਣਦੀ ਨਹੀਂ ਹੈਗੀ। ਇਹ 350 ਹੈ, ਇਹ ਕਿਤੇ 100 CC 98 CC ਖਬਰ ਹੈ, 98 ਦੇ ਘੱਟੇ ਹੋਵੇ, ਤਾਂ ਕਰਕੇ ਹੁਣ ਖੋਲ੍ਹ ਦੇਣਾ ਠੀਕ ਨਹੀਂ ਆਪਾਂ ਨੇ ਉਸਤਾਦ ਠੀਕ ਹੈ। ਇਹ ਖੋਲ੍ਹ ਕੇ ਨਾ ਇਹਦੀ ਨੰਬਰ ਪਲੇਟ ਵੀ ਲਾਉਣੀ, ਨੰਬਰ ਪਲੇਟ ਉਹਦੀ ਵੀ ਲਵਾਉਣੀ ਹੈ। ਇਹਦੀ ਨੰਬਰ ਪਲੇਟ 'ਚ ਪਤਾ ਕਿਆ ਕਰਨਾ ਆਪਾਂ ਨੇ, ਆਹ ਜਿਹੜੀ ਮਤਲਬ ਹੁਣ ਯਾਰ ਪਤਾ ਤਾਂ ਹੈਗਾ ਵੀ ਸਾਲਾ ਇਨਲੀਗਲ ਤਾਂ ਬਣਿਆ ਬਾਈ ਹੈ ਠੀਕ ਹੈ, ਅਤੇ ਆਹ ਚੀਜ਼ ਖਲਵਾ ਕੇ ਨਾ ਆਹ ਚੀਜ਼ ਖਲਵਾ ਕੇ ਆਪਾਂ ਨੇ ਆਹ ਸਾਰੀ ਮੈਟ ਕਰਵਾ ਦੇਣੀ ਠੀਕ ਹੈ, ਟੇਪ ਮੈਟ ਕਰਵਾ ਦੇਣੀ, ਨੰਬਰ ਹਟਾ ਦੇਣੇ। ਜਦ ਮਤਲਬ ਕਿ ਸ਼ਹਿਰ ਸ਼ਹਿਰ ਨੂੰ ਗਏ, ਖੈੜ ਖੂੜ ਨੂੰ ਗਏ ਤਾਂ ਫਿਰ ਇਹ ਨੰਬਰ ਪਲੇਟ ਲਾ ਦੇ ਕਰਨੀ, ਉਹ ਪਿੰਡ ਦੇ ਵਿੱਚ ਆਪਾਂ ਨੇ ਘੁੰਮੀਏ ਕਰਨਾ ਹੈ ਹੈ, ਉਹ ਇਹਦੇ ਨਾਲ ਵੀਡੀਓ ਬਣਾਈਏ ਇੱਕ, ਫੋਨ ਹੈਗਾ ਤੇਰੇ ਕੋਲ ਲੈ ਵੀ ਮਿੱਤਰੋ ਕਰ ਦਿਓ ਫਿਰ ਦੱਬ ਕੇ ਕਮੈਂਟ ਠੀਕ ਹੈ। ਇਸ ਵਲੌਗ ਦੇ ਮੈਨੂੰ 1 ਮਿਲੀਅਨ ਕਮੈਂਟ ਚਾਹੀਦੇ ਆ, ਕਹਿੰਦੇ ਨਹੀਂ ਹੁੰਦੇ ਬਾਈ, ਪੈਰ ਚਾਦਰ ਦੇਖ ਕੇ ਪਸਾਰਨੇ ਚਾਹੀਦੇ ਆ, ਆਪਾਂ ਜ਼ਿਆਦਾ ਚਾਦਰ ਵੀ ਨਹੀਂ ਦੇਖੀ, ਆਪਾਂ ਕੁਛ ਨਹੀਂ ਦੇਖਿਆ, ਸਿੱਧੀ ਬਕਵਾਸ ਮਾਰਤੀ। ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੁੰਦੀ, ਵੀਡੀਓ ਬਣਨੀ ਮਤਲਬ ਕਿ ਔਖੀ ਹੁੰਦੀ ਥੋੜ੍ਹੀ ਜਿਹੀ ਠੀਕ ਹੈ, ਸ਼ਾਮ ਸ਼ੂਮ ਨੇ ਵੀਡੀਓ ਬਣਾਈ ਦੀ ਆਪਾਂ ਨੇ। ਬਾਕੀ ਹੁਣ ਮਿੱਤਰੋ ਇਹਦੇ ਆਪਾਂ ਨੇ ਨਾ ਪਿਛਲਾ ਨੰਬਰ ਪਲੇਟ ਕਾਲੀ ਕਰਾ ਕੇ ਲਿਆਉਣੀ ਆ ਠੀਕ ਹੈ, ਇੱਕ ਅੱਧੇ ਦਿਨ ਦੇ ਵਿੱਚ ਆਲ ਬਲੈਕ ਕਰ ਦੇਣਾ, ਕਿਉਂਕਿ ਤੁਸੀਂ ਚੈੱਕ ਕਰ ਸਕਦੇ ਵੀ ਠੀਕ ਹੈ ਸਾਰੇ ਬੁਲਟ ਦੇ ਵਿੱਚ ਤਾਂ ਇੱਕੇ ਚੀਜ਼ ਚਿੱਟੀ ਹੈ, ਉਹ ਵੀ ਨੰਬਰ ਪਲੇਟ, ਅਤੇ ਇੱਕ ਮੂਹਰੇ ਵਾਲੀ ਨੰਬਰ ਪਲੇਟ, ਉਹ ਵੀ ਫੈਂਸੀ ਨੰਬਰ ਪਲੇਟ ਆ ਠੀਕ ਹੈ ਇਹਦੇ, ਅਤੇ ਬਾਕੀ ਦਾ ਸਾਰਾ ਆਲ ਬਲੈਕ ਹੀ ਹੈ ਠੀਕ ਹੈ ਜੀ। ਇਹ ਵੀ ਮਤਲਬ ਕਿ ਮੋਡੀ ਫਾਈਵ ਹੈ ਠੀਕ ਹੈ। ਬਾਕੀ ਹੁਣ ਕਰਦੇ ਹਾਂ ਠੀਕ ਹੈ, ਇਹਦਾ ਮਤਲਬ ਕਿ ਸਿਲੰਸਰ ਜਿਹਾ ਚੇਂਜ ਕਰ ਦੇਣਾ ਠੀਕ ਹੈ ਯਾਰ, ਸਵਾਦ ਵਾਲੀ ਗੱਲ ਨਹੀਂ ਹੋਈ, ਦੇਖਣ 'ਚ ਵਧੀਆ ਸਿਰਫ ਉਹ ਨਹੀਂ ਵਧੀਆ ਹੈਗਾ, ਮਤਲਬ ਕਿ ਚਲਾਉਣ 'ਚ ਵਧੀਆ ਨਹੀਂ ਹੈਗਾ। ਅਤੇ ਅੱਜ ਦਾ ਕਰਦੇ ਹਾਂ ਵਲੌਗ ਇੱਥੇ ਐਂਡ, ਅਤੇ ਜੇ ਵੀਡੀਓ ਤੁਹਾਨੂੰ ਐਂਡ ਲੱਗੀ ਹੋਵੇ ਫਿਰ ਐਂਡ 'ਤੇ ਇੱਕ ਕਮੈਂਟ ਜ਼ਰੂਰ ਛੱਡ ਦਿਓ, ਫਿਰ ਵੀਡੀਓ ਤਾਂ ਕਰਦੇ ਐਂਡ, ਫਿਰ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਠੀਕ ਹੈ। ਓਕੇ ਧੰਨਵਾਦ।
Thank you.